ਘੇ ਰਿਹਾ ਸੀ ਆਪਾਂ ਡਰਿੱਲ ਨਾਲ ਉਹ ਆ ਕੀ ਇਹਦਾ ਪਤਾ ਨਿਕਲਦਾ ਪਹਿਲੇ ਦਿਨ ਲਾਇਆ ਸੀ ਤਾਂ ਮਤਲਬ ਹੋਰ ਵਧੀਆ ਗਿਆ ਝੋਟੇ ਨੂੰ ਸਾਈਡ 'ਤੇ ਅਤੇ ਕੰਬਾਈਨ ਇਹੀ ਚੱਲਣਾ ਜੇ ਟਰੈਕਟਰ ਆਹ ਫਰੰਟ ਟਾਇਰ ਪਾਉਂਦਾ ਓਰੀਜਨਲ ਲਿੰਮਾਂ 'ਤੇ ਜਾ ਅਸੀਂ ਭਾਵੇਂ ਪਾਏ ਆ ਪਰ ਟਰੈਕਟਰ ਉੱਚਾ ਬੜਾ ਹੋ ਗਿਆ ਉੱਚਾ ਬੜਾ ਲੱਗਣ ਲੱਗ ਪਿਆ ਟਰੈਕਟਰ ਇਹਦੇ ਨਾਲ ਮਗਰਲੇ ਗੁੜੀਅਰ ਤਾਂ ਨੀਵੇਂ ਉਹ ਵੀ ਕਿਤੇ ਚੇਂਜ ਕਰਾਉਣੇ ਆ ਔਰ ਰੇਹੜੀ ਪਾਉਣੀ ਆ ਅਤੇ ਜਾਂ ਐਮ ਆਰ ਐਫ ਚੈਂਜ ਪਾਵਾਂਗੇ ਅਸੀਂ ਝੋਨਾ ਦੇਖੋ ਕਿੱਦਾਂ ਨਿਕਲਦਾ ਤੇਰੇ ਆਦਾ ਝੋਨਾ ਆ ਬੱਚੇ ਤਾਂ ਹਲੇ ਠੀਕ ਹੀ ਲੱਗਣ ਡੇ ਆ ਪਹਿਲੀ ਵਾਰੀ ਝੋਨਾ ਤਾਂ ਪਹਿਲੇ ਝੋਟੇ ਨੇ ਕੱਢਿਆ ਵਾ ਅਤੇ ਡੀ ਆਫ ਆਰ ਝੋਨਾ ਘੇਰਿਆ ਸੀ ਜਿਹੜਾ ਡਰੇਜਣਾ ਪਾਓ ਵੱਢਣ ਨੇ 1692 ਤੇਰੀ ਉਸ ਹੁਣ ਕੀ ਨਿਕਲੂ ਕੀ ਨਹੀਂ ਇਹ ਮੰਡੀ 'ਚ ਪਾ ਲੱਗੂ ਜਾ ਕੇ ਬਾਕੀ ਦੇਖੋ ਭੱਟੀ ਡੇਗਦਾ ਫਿਰਦੇ ਪੈਲੀ 'ਚ ਕਿੱਥੇ ਵੱਟ ਅਤੇ ਕਿੱਥੋਂ ਤੱਕ ਝੋਨਾ ਲਿਆ ਕੇ ਸੁੱਟਿਆ ਨਾ ਦੂਜੇ ਦਰਖਤ ਲਾਏ ਆ ਸਾਡੀ ਪਹਿਲੀ ਲਾ ਕੇ ਸਾਡੇ ਐਂ ਨੂੰ ਦਰਖਤ ਸਾਰੇ ਤਾਂ ਛਾਂ ਕੀਤੀ ਆ ਅਤੇ ਸਾਰੇ ਨੁਕਸਾਨ ਕੀਤਾ ਸਾਰਾ ਕਿਸੇ ਦੀ ਫਸਲ ਦਾ ਲਾਗੋਂ ਬੰਦੇ ਨੂੰ ਆਪ ਹੀ ਸ਼ਰਮ ਚਾਹੀਦੀ ਆ ਸ਼ਰਮ ਭੈਣ ਹੈ ਨਹੀਂ ਇੱਥੇ ਕਿਸੇ ਨੂੰ ਅੱਜ ਕੱਲ੍ਹ ਲੋਕ ਕਹਿੰਦੇ ਵੀ ਅਗਲੇ ਦਾ ਨੁਕਸਾਨ ਹੋਏ ਇਹ ਨਹੀਂ ਵਹਿੰਦੇ ਵੀ ਜਦੋਂ ਆਪਣਾ ਆਇਆ ਤਾਂ ਫਿਰ ਢੇਰੀ ਨੂੰ ਰੇਟ ਵੇਖੋ ਕੀ ਲੱਗਦਾ ਕੀ ਬਣਦਾ ਲੱਗਿਆ ਆਪਣਾ ਜਾਣ ਨਹੀਂ ਸਕਦੇ